ਸਾਰੇ ਵਿਦਿਆਰਥੀਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਿਮਰਨਜੀਤ ਸਿੰਘ ਤੇ ਅੱਜ ਆਪਾਂ ਪੜਾਂਗੇ ਜੀ ਸਾਡੀ ਜੋ 12ਵੀਂ ਜਮਾਤ ਵਾਲੀ ਪੁਸਤਕ ਹੈ ਪੰਜਾਬੀ ਸਾਹਿਤ ਦਰਪਣ ਭਾਗ ਦੂਜਾ ਉਹਦੇ ਵਿੱਚ ਜੋ ਕਵਤਾ ਵਾਲਾ ਜੋ ਸਾਡਾ ਖੰਡ ਹੈ ਉਹਦੇ ਵਿੱਚ ਪਾਠ ਇੱਕ ਦੇ ਰੱਖਿਆ ਜੀ ਗੁਰਤੇਜ ਕੋਹਾਰ ਵਾਲਾ ਪੰਜਾਬੀ ਆਧੁਨਿਕ ਪੰਜਾਬੀ ਸਾਹਿਤ ਦੇ ਵਿੱਚ ਇੱਕ ਪ੍ਰਸਿੱਧ ਕਵੀ ਹੈ ਜੀ ਗੁਰਤੇਜ ਕੋਹਾਰ ਵਾਲਾ ਸੋ ਉਹਨਾਂ ਦੀ ਜੋ ਸਾਡੇ ਪੁਸਤਕ ਦੇ ਵਿੱਚ ਜੋ ਰਚਨਾਵਾਂ ਦੇ ਰੱਖੀਆਂ ਜੀ ਉਹਨਾਂ ਦੇ ਵਿੱਚੋਂ ਪਹਿਲੀ ਰਚਨਾ ਜਿਹੜੀ ਹੋਰਾ ਵਾਂਗੂ ਗ਼ਜ਼ਲ ਰੂਪ ਦੇ ਵਿੱਚ ਲਿਖੀ ਗਈ ਹੈ ਰਚਨਾ ਹੋਰਾ ਵਾਂਗੂ ਮਤਲਬ ਦੂਸਰਿਆਂ ਵਾਂਗ ਹੋਰਾ ਵਾਂਗੂ ਤੋਂ ਪਾਵੈ ਜੀ ਦੂਸਰਿਆਂ ਵਾਂਗ ਸੋ ਇਹ ਤਾਂ ਆਪਣਾ ਇਹਦਾ ਸਰਲ ਅਰਥ ਹੋ ਗਿਆ ਜੀ ਹੋਰਾ ਵਾਂਗੂ ਤੋਂ ਪਾਵੈ ਵੀ ਦੂਜਿਆਂ ਵਾਂਗ ਜਿਵੇਂ ਦੂਜੇ ਜ਼ਿੰਦਗੀ ਬਤਾਉਂਦੇ ਨੇ ਉਹਨਾਂ ਵਾਂਗ ਦੂਜਿਆਂ ਵਾਂਗ ਸੋ ਇਹ ਗਜ਼ਲ ਹੈ ਜਿਹੜੀ ਮੈਂ ਪੂਰੀ ਇੱਕ ਵਾਰ ਪੜਦਾ ਪੂਰੀ ਨੂੰ ਵਾਚਨ ਕਰਦਾ ਇਸ ਦਾ ਤੁਸੀਂ ਇਸ ਨੂੰ ਪਹਿਲਾਂ ਧਿਆਨ ਨਾਲ ਸੁਣਨਾ ਕੀ ਕਹਿੰਦਾ ਕਵੀ ਕਵੀ ਦਾ ਨਾਮ ਹੈ ਜੀ ਗੁਰਤੇਜ ਕੋਹਾਰ ਵਾਲਾ ਹੋਰਾ ਵਾਂਗੂ ਨੇਰਾ ਢੋਂਦੇ ਰਾਤ ਬਰਾਤੇ ਜੀ ਲੈਣਾ ਸੀ ਦਿਨ ਨੂੰ ਜੇਕਰ ਅੱਗ ਨਾ ਲੱਗਦੀ ਮੈਂ ਚਾਨਣ ਤੋਂ ਕੀ ਲੈਣਾ ਸੀ ਅੰਨੀ ਪੀੜ ਚ ਅੱਖਾਂ ਵਾਲੇ ਤੁਰਦੇ ਵੀ ਤਾਂ ਕਿੱਥੇ ਤੁਰਦੇ ਖੜ ਕੇ ਸਭ ਨੂੰ ਰਾਹ ਦੇਣਾ ਸੀ ਬਚ ਕੇ ਰਸਤਾ ਵੀ ਲੈਣਾ ਸੀ ਘਰ ਦੇ ਘੜਿਆਂ ਅੰਦਰ ਪੈ ਕੇ ਸਿਆਣਾ ਪਾਣੀ ਸੋਚੇ ਅਕਸਰ ਮੈਨੂੰ ਨਦੀਏ ਵਗਦੇ ਨੂੰ ਵੀ ਰੇਤਾ ਨੇ ਹੀ ਪੀ ਲੈਣਾ ਸੀ ਮੇਰੀ ਖਾਤਰ ਰੇਤ ਰੁਪਈਏ ਪੱਥਰ ਚੀਜ਼ਾਂ ਢੇਰ ਬੜੇ ਸਨ ਪਰ ਮੈਂ ਥੋੜੀ ਛਾਲ ਲਪਦਾ ਸਾਂ ਚੂੜੀ ਪਾਣੀ ਹੀ ਲੈਣਾ ਸੀ ਜੇ ਰੂਹ ਦੇ ਲੰਗਾਰ ਨਾ ਲੈਂਦੇ ਚੁੱਪ ਹੀ ਰਹਿੰਦੇ ਕੁਝ ਨਾ ਕਹਿੰਦੇ ਜੇ ਕੱਲਾ ਦਮਨ ਹੀ ਫਟਦਾ ਅੰਦਰ ਵੱੜ ਕੇ ਸੀ ਲੈਣਾ ਸੀ ਸੋ ਕਵੀ ਨੇ ਬੜੇ ਸ਼ਾਨਦਾਰ ਬੜੇ ਸੁਚੱਜੇ ਸੋਹਣੇ ਢੰਗ ਨਾਲ ਇਹ ਜਿਹੜੀ ਗਜ਼ਲ ਹੈ ਇਹ ਲਿਖੀ ਆ ਜੀ ਗੁਰਤੇਜ ਕੁਹਾਰ ਵਾਲਾ ਜੀ ਨੇ ਸੋ ਇਹਦੇ ਆਪਾਂ ਚੱਲਦੇ ਆ ਜੀ ਭਾਵਰਤ ਤੇ ਕਵੀ ਨੇ ਸਾਨੂੰ ਕੀ ਸੰਦੇਸ਼ ਦਿੱਤਾ ਹੈ ਸਭ ਤੋਂ ਪਹਿਲੇ ਸ਼ੇਰ ਦੇ ਵਿੱਚ ਕਵੀ ਕਹਿੰਦਾ ਹੈ ਕਿ ਹੋਰਾ ਵਾਂਗੂ ਨੇਹਰਾ ਟੋਂਦੇ ਰਾਤ ਬਰਾਤੇ ਜੀ ਲੈਣਾ ਸੀ ਦਿਲ ਨੂੰ ਜੇਕਰ ਅੱਗ ਨਾ ਲੱਗਦੀ ਮੈਂ ਚਾਨਣ ਤੋਂ ਕੀ ਲੈਣਾ ਸੀ ਹੁਣ ਨੇਹਰੇ ਦੀ ਵੀ ਗੱਲ ਕੀਤੀ ਹੈ ਕਵੀ ਨੇ ਤੇ ਚਾਨਣ ਦੀ ਵੀ ਗੱਲ ਕੀਤੀ ਹੈ ਕਹਿਣ ਦਾ ਭਾਵ ਕੀ ਹੈ ਕਵੀ ਕਹਿੰਦਾ ਹੋਰਾ ਵਾਂਗੂ ਨੇਹਰਾ ਟੋਂਦੇ ਰਾਤ ਬਰਾਤੇ ਜੀ ਲੈਣਾ ਸੀ ਜਿਵੇਂ ਇਸ ਦੁਨੀਆ ਤੇ ਬਹੁਤ ਸਾਰੇ ਝੂਠੇ ਲੋਕ ਨੇ ਨੇਰਾਟੋਣਾ ਪਾਵਕੀਆ ਉਹ ਮਤਲਬ ਕੀਆ ਉਹ ਝੂਠੀ ਜ਼ਿੰਦਗੀ ਜੀ ਰਹੇ ਨੇ ਝੂਠ ਦੇ ਵਿੱਚ ਜੀ ਰਹੇ ਨੇ ਜਿਨ੍ਹਾਂ ਨੂੰ ਸੱਚਾਈ ਦਾ ਬਿਲਕੁਲ ਨਹੀਂ ਪਤਾ ਜਿਹੜੇ ਸੱਚਾਈ ਤੋਂ ਬਿਲਕੁਲ ਨਹੀਂ ਜਾਣੂ ਉਹ ਲੋਕ ਹੈ ਜਿਹੜੇ ਉਹਨਾਂ ਵਾਂਗੂ ਮੈਂ ਵੀ ਕਵੀ ਕਹਿੰਦਾ ਜ਼ਿੰਦਗੀ ਕੱਟ ਸਕਦਾ ਸੀ ਹੋਰਾ ਵਾਂਗੂ ਨੇਰਾਟੋਂਦੇ ਰਾਤ ਬਰਾਤੇ ਜੀ ਲੈਣਾ ਸੀ ਮੈਂ ਵੀ ਆਪਣੀ ਜ਼ਿੰਦਗੀ ਇਸ ਤਰ੍ਹਾਂ ਹੀ ਕੱਟ ਦੇਣੀ ਸੀ ਜਿਵੇਂ ਲੋਕ ਦੂਜੇ ਕੱਟੀ ਜਾ ਰਹੇ ਆ ਪਰ ਦਿਲ ਨੂੰ ਜੇਕਰ ਅੱਗ ਨਾ ਲੱਗਦੀ ਪਰ ਜੇ ਮੇਰੇ ਮੇਰੀ ਮਾਨਸਿਕ ਅਵਸਥਾ ਨਾ ਜਾਗਦੀ ਜੇ ਮੇਰਾ ਮਨ ਨਾ ਜਾਗਦਾ ਕਹਿਣ ਦਾ ਭਾਵ ਕੀ ਹੁੰਦਾ ਨਾ ਵੀ ਜਾਗ ਆ ਜਾਣੀ ਜਦੋਂ ਆਪਾਂ ਕਿਸੇ ਗੱਲ ਤੋਂ ਇੱਕਦਮ ਸੁਚੇਤ ਹੁੰਨੇ ਆ ਉਸ ਅਵਸਥਾ ਦੀ ਗੱਲ ਕਰਦਾ ਕਵੀ ਕਹਿੰਦਾ ਦਿਲ ਨੂੰ ਜੇਕਰ ਅੱਗ ਨਾ ਲੱਗਦੀ ਮੈਂ ਚਾਨਣ ਤੋਂ ਕੀ ਲੈਣਾ ਸੀ ਚਾਨਣ ਤੋਂ ਭਾਵ ਹੈ ਸਚਾਈ ਜੇ ਮੇਰੇ ਦਿਲ ਨੂੰ ਅੱਗ ਨਾ ਲੱਗਦੀ ਜੇ ਮੇਰੇ ਜੇ ਮੇਰੇ ਹਿਰਦੇ ਨੂੰ ਇਹ ਅੱਗ ਨਾ ਲੱਗਦੀ ਮੈਂ ਸੱਚਾਈ ਤੋਂ ਕੀ ਲੈਣਾ ਸੀਗਾ ਕਹਿਣ ਦਾ ਭਾਵ ਕਵੀ ਕਹਿੰਦਾ ਕਿ ਜੇ ਮੈਨੂੰ ਸੱਚਾਈ ਦਾ ਪਤਾ ਹੀ ਨਾ ਹੁੰਦਾ ਤਾਂ ਮੈਂ ਦੂਜਿਆਂ ਵਾਂਗ ਹੀ ਹੋਰਾਂ ਵਾਂਗੂ ਨੇਰਾ ਟੋਂਦੇ ਰਾਤ ਬਰਾਤੇ ਜੀ ਲੈਣਾ ਸੀ ਤੇ ਜੇ ਮੇਰੇ ਅੰਦਰਲੀ ਅਣਖ ਨਾ ਜਾਗਦੀ ਫਿਰ ਮੈਂ ਦੂਜੇ ਜਵੇਂ ਲੋਕ ਜੀ ਰਹੇ ਆ ਉਵੇਂ ਹੀ ਮੈਂ ਦੂਜੇ ਲੋਕਾਂ ਵਾਂਗੂ ਇੱਥੇ ਕੀ ਚਾਨਣ ਤੋਂ ਪਾਵ ਸੱਚਾਈ ਕਹਿ ਲੋ ਅਣਖ ਕਹਿ ਲੋ ਸਾਡੇ ਅੰਦਰ ਦੀ ਸਾਡੇ ਅੰਦਰ ਅਣਖ ਹੁੰਦੀ ਹੈ ਨਾ ਇੱਕ ਜਿਹੜਾ ਮਤਲਬ ਕੀ ਹੈ ਵੀ ਆਪਣਾ ਸੱਚਾ ਸੋਚਾ ਜੀਵਨ ਜਿਉਣ ਦਾ ਜਿਹੜਾ ਢੰਗ ਹੁੰਦਾ ਹੈ ਅਣਖ ਜਿਹੜਾ ਕਿਸੇ ਦੇ ਆਪਾ ਆਸਰੇ ਨਹੀਂ ਜਿਉਂਦੇ ਜਦੋਂ ਤਾਂ ਕਵੀ ਕਹਿੰਦਾ ਵੀ ਹੋਰਾਂ ਵਾਂਗੂ ਨੇ ਰਟੋਂਦੇ ਰਾਤ ਬਰਾਤੇ ਜੀ ਲੈਣਾ ਸੀ ਜਿਵੇਂ ਲੋਕੀ ਬੇਅਣਖ ਤੁਰੇ ਫਿਰਦੇ ਆ ਓਵੇਂ ਮੈਂ ਵੀ ਤੁਰਿਆ ਫਿਰਨਾ ਸੀ ਮੈਂ ਵੀ ਜ਼ਿੰਦਗੀ ਕੱਢ ਦੇਣੀ ਸੀ ਦਿਲ ਨੂੰ ਜੇਕਰ ਅੱਗ ਨਾਲ ਲੱਗਦੀ ਮੈਂ ਚਾਰਣ ਤੋਂ ਕੀ ਲੈਣਾ ਸੀ ਜੇ ਮੇਰੇ ਹਿਰਦੇ ਨੂੰ ਜੇ ਮੇਰੇ ਦਿਲ ਨੂੰ ਛੱਟ ਨਾ ਲੱਗਦੀ ਛੱਟ ਨਾ ਵਾਈਦੀ ਤਾਂ ਮੈਂ ਅਣਖ ਤੋਂ ਕੀ ਲੈਣਾ ਸੀਗਾ ਭਾਵ ਫਿਰ ਮੈਂ ਜਾਗਣਾ ਹੀ ਨਹੀਂ ਸੀ ਅੱਗੇ ਅੰਨੀ ਭੀੜ 'ਚ ਅੱਖਾਂ ਵਾਲੇ ਤੁਰਦੇ ਵੀ ਤਾਂ ਕਿੱਥੇ ਤੁਰਦੇ ਖੜ ਕੇ ਸਭ ਨੂੰ ਰਾਹ ਦੇਣਾ ਸੀ ਬਚ ਕੇ ਰਸਤਾ ਵੀ ਲੈਣਾ ਸੀ ਇਸ ਅੰਨੀ ਭੀੜ 'ਚ ਅੱਖਾਂ ਵਾਲੇ ਤੋਂ ਭਾਵ ਹੈ ਸਚਾਈ ਦੇ ਰਾਹ 'ਤੇ ਚੱਲਣ ਵਾਲੇ ਸਚਾਈ ਦੇ ਰਾਹ 'ਤੇ ਚੱਲਣ ਵਾਲੇ ਅੱਖਾਂ ਤੋਂ ਭਾਵ ਸਚਾਈ ਦੇ ਰਾਹ 'ਤੇ ਚੱਲਣ ਵਾਲੇ ਆ ਜਿਹੜੇ ਕਵੀ ਨੇ ਉਹਨਾਂ ਨੂੰ ਕਿਹਾ ਹੈ ਕੀ ਕਿਹਾ ਹੈ ਉਹਨਾਂ ਨੂੰ ਕਿਹਾ ਅੱਖਾਂ ਵਾਲੇ ਚੱਲਣ ਵਾਲੇ ਆ ਜਿਹੜੇ ਲੋਕ ਉਹ ਕੀ ਹੈ ਅੰਨੀ ਪੀੜ ਚ ਅੱਖਾਂ ਵਾਲੇ ਤੁਰਦੇ ਵੀ ਤਾਂ ਕਿੱਥੇ ਤੁਰਦੇ ਅੰਨੀ ਪੀੜ ਚ ਭਾਵ ਕੀ ਹੈ ਇਹ ਦੁਨੀਆ ਇਹ ਜਿਹੜੀ ਇਹ ਸਾਰੀ ਅੰਨੀ ਅੰਨੀ ਤੋਂ ਭਾਵ ਝੂਠੀ ਇਸ ਦੁਨੀਆ ਦੇ ਉੱਪਰ ਝੂਠੇ ਲੋਕ ਬਹੁਤ ਮਿਲ ਜਾਣਗੇ ਝੂਠ ਦੇ ਰਾਹ ਤੇ ਚੱਲਣ ਵਾਲੇ ਬਹੁਤ ਮਿਲ ਜਾਣਗੇ ਪਰ ਸੱਚਾਈ ਦੇ ਰਾਹ ਤੇ ਚੱਲਣ ਵਾਲੇ ਬਹੁਤ ਘੱਟ ਮਿਲਣਗੇ ਇਸ ਕਰਕੇ ਝੂਠੇ ਲੋਕਾਂ ਦੇ ਲੋਕਾਂ ਨੂੰ ਭੀੜ ਦੇ ਨਾਲ ਦਰਸਾਇਆ ਗਿਆ ਭੀੜ ਦੇ ਵਿੱਚ ਬਹੁਤ ਲੋਕ ਹੁੰਦੇ ਆ ਕਵੀ ਨੇ ਭੀੜ ਸ਼ਬਦ ਦਾ ਇਸਤੇਮਾਲ ਕੀਤਾ ਝੂਠੇ ਲੋਕਾਂ ਵਾਸਤੇ ਕੀ ਕਹਿੰਦਾ ਨਹੀਂ ਭੀੜ 'ਚ ਅੱਖਾਂ ਵਾਲੇ ਤੁਰਦੇ ਵੀ ਤਾਂ ਕਿੱਥੇ ਤੁਰਦੇ ਇਹ ਸਾਰੇ ਜੋ ਲੋਕ ਨੇ ਇੰਨੇ ਜੋ ਝੂਠੇ ਨੇ ਸਾਰੀ ਇੰਨੀ ਭੀੜ ਲੋਕਾਂ ਦੀ ਜੋ ਝੂਠਿਆਂ ਦੀ ਇਕੱਠੀ ਹੋਈ ਹੈ ਉਹਨਾਂ ਦੇ ਵਿੱਚ ਜਿਹੜੇ ਸਚਾਈ ਦੇ ਰਾਹ ਤੇ ਚੱਲਣ ਵਾਲੇ ਲੋਕ ਐ ਜਿਹੜੇ ਉਹਨਾਂ ਨੇ ਉਹਨਾਂ ਦੀ ਵਿਚਾਰਿਆਂ ਦੀ ਕੀ ਹਾਲਤ ਹੋਣੀ ਸੀਗੀ ਤੁਰਦੇ ਵੀ ਤਾਂ ਕਿੱਥੇ ਤੁਰਦੇ ਉਹ ਆਪਣੀ ਸਚਾਈ ਨੂੰ ਲੈ ਕੇ ਕਿੰਨਾ ਕਿੰਨਾ ਕਿ ਸਚਾਈ ਦੇ ਰਾਹ ਤੇ ਚੱਲਦੇ ਖੜ ਕੇ ਸਭ ਨੂੰ ਰਾਹ ਦੇਣਾ ਸੀ ਬਚ ਕੇ ਰਸਤਾ ਵੀ ਲੈਣਾ ਸੀ ਉਹਨਾਂ ਨੂੰ ਪੈਰ ਪੈਰ ਤੇ ਝੂਠਿਆਂ ਨੇ ਟੱਕਰਨਾ ਸੀਗਾ ਜ਼ਿੰਦਗੀ ਦੇ ਵਿੱਚ ਖੜ ਕੇ ਸਭ ਨੂੰ ਰਾਹ ਦੇਣਾ ਸੀ ਮਤਲਬ ਕਿ ਆ ਵੀ ਝੂਠਿਆਂ ਦੀ ਵੀ ਗੱਲ ਸੁਣਨੀ ਸੀ ਬਚ ਕੇ ਰਸਤਾ ਵੀ ਲੈਣਾ ਸੀ ਤੇ ਆਪਣੀ ਸੱਚੀ ਗੱਲ ਵੀ ਰੱਖਣੀ ਸੀ ਝੂਠਿਆਂ ਦੀ ਵੀ ਸੁਣਨੀ ਪੈਣੀ ਸੀ ਸਮਾਜ ਦੇ ਵਿੱਚ ਰਹਿਣ ਵਾਸਤੇ ਝੂਠਿਆਂ ਦੀ ਵੀ ਸੁਣਨੀ ਪੈਂਦੀ ਹੈ ਸਮਾਜ ਨਾਲ ਉਹ ਨਹੀਂ ਟੁੱਟਣਾ ਤੇ ਸਮਾਜ ਦੇ ਵਿੱਚ ਝੂਠੇ ਲੋਕ ਜ਼ਿਆਦਾ ਨੇ ਝੂਠਿਆਂ ਦੀ ਤਾਂ ਭੀੜ ਹੈ ਤੇ ਸੱਚੇ ਲੋਕ ਹੈ ਜਿਹੜੇ ਉਹ ਬਹੁਤ ਘੱਟ ਨੇ ਇਸ ਕਰਕੇ ਸੱਚੇ ਲੋਕ ਨੇ ਜਿਹੜੇ ਜਿਹੜੇ ਸਚਾਈ ਦੇ ਰਾਹ ਤੇ ਚੱਲਣ ਵਾਲੇ ਲੋਕ ਨੇ ਜਿਨ੍ਹਾਂ ਨੂੰ ਕਵੀ ਨੇ ਅੱਖਾਂ ਵਾਲੇ ਕਿਹਾ ਹੈ ਉਹਨਾਂ ਨੇ ਝੂਠਿਆਂ ਦਾ ਵੀ ਸਾਹਮਣਾ ਕਰਨਾ ਪੈਣਾ ਸੀ ਉਹਨਾਂ ਦੀਆਂ ਗੱਲਾਂ ਵੀ ਸਹਿਣ ਕਰਨੀਆਂ ਪੈਣੀਆਂ ਸੀ ਤੇ ਨਾਲ ਆਪਣੀ ਗੱਲ ਵੀ ਰੱਖਣੀ ਸੀ ਕਿ ਸੱਚੀ ਗੱਲ ਬਚ ਕੇ ਰਸਤਾ ਵੀ ਲੈਣਾ ਸੀ ਘਰੇ ਘਰ ਦੇ ਘੜਿਆਂ ਅੰਦਰ ਪਾ ਕੇ ਸਿਆਣਾ ਪਾਣੀ ਸੋਚੇ ਅਕਸਰ ਮੈਨੂੰ ਨਦੀਏ ਵਗਦੇ ਨੂੰ ਵੀ ਰੇਤਾ ਨਹੀਂ ਪੀ ਲੈਣਾ ਸੀ ਵੀ ਜਿਹੜਾ ਘਰ ਦੇ ਘੜੇ ਦੇ ਵਿੱਚ ਪਿਆ ਹੋਇਆ ਪਾਣੀ ਹੈ ਜਿਹੜਾ ਉਹ ਸਿਆਣਾ ਪਾਣੀ ਹੈ ਜਿਹੜਾ ਜਿਹਨੂੰ ਸਿਆਣਾ ਪਾਣੀ ਕਿਹਾ ਕਵੀ ਨੇ ਸਿਆਣਾ ਹੈ ਪਾਣੀ ਉਹ ਕਿਉਂ ਹੈ ਕਿਉਂਕਿ ਉਹ ਕ ਸੋਚਦਾ ਹੈ ਕਿ ਮੈਂ ਜੇ ਨਦੀ ਦੇ ਵਿੱਚ ਵਗਦਾ ਹੁੰਦਾ ਤਾਂ ਮੈਂ ਮੈਨੂੰ ਰੇਤਾ ਨਹੀਂ ਪੀ ਲੈਣਾ ਸੀਗਾ ਵੀ ਮੈਂ ਕਿਸੇ ਦੇ ਤਾਂ ਕੰਮ ਆਇਆ ਕਿਸੇ ਦੀ ਤੇ ਬੁਝਾਉਣ ਦੇ ਤੇ ਬੁਝਾਈ ਹੈ ਕਹਿੰਦਾ ਮੈਂ ਕਿਸੇ ਦੀ ਤਾਂ ਕਿਸੇ ਦੀ ਤੇ ਪਿਆਸ ਬੁਝਾਉਣ ਦੇ ਕੰਮ ਆਇਆ ਕਹਿੰਦਾ ਤੇ ਜੇ ਮੈਂ ਨਦੀ ਦੇ ਵਿੱਚ ਵਗਦਾ ਹੁੰਦਾ ਤਾਂ ਮੈਂ ਉੱਥੇ ਕੀ ਕੰਮ ਆਉਣਾ ਸੀਗਾ ਮੈਂ ਰੇਤਾ ਨਹੀਂ ਮੈਨੂੰ ਪੀ ਜਾਣਾ ਸੀ ਮੈਂ ਰੇਤਾ ਦੇ ਵਿੱਚ ਹੀ ਸਮਾ ਜਾਣਾ ਸੀਗਾ ਪਰ ਕੀ ਕਹਿੰਦਾ ਸਿਆਣਾ ਪਾਣੀ ਜਿਹੜਾ ਉਹ ਸੋਚਦਾ ਕਿ ਮੈਂ ਘੜੇ ਦੇ ਵਿੱਚ ਪਿਆ ਤੇ ਵਧੀਆ ਮੈਂ ਕਿੰਨੇ ਲੋਕਾਂ ਦੀ ਪਿਆਸ ਬੁਝਾਈਏ ਮੇਰੀ ਖਾਤਰ ਰੇਤ ਤੇ ਰੁਪਈਏ ਪੱਥਰ ਚੀਜ਼ਾਂ ਢੇਰ ਬੜੇ ਸਨ ਕਵੀ ਕਹਿੰਦਾ ਮੇਰੀ ਖਾਤਰ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਸਨ ਬੜਾ ਕੁਝ ਸੀ ਪਰ ਮੈਂ ਥੋੜੀ ਛਾਂ ਲੱਭਦਾ ਸਾਂ ਚੂਲੀ ਪਾਣੀ ਹੀ ਲੈਣਾ ਸੀ ਪਰ ਕਵੀ ਕਹਿੰਦਾ ਮੇਰਾ ਸਿੱਧਕ ਕੀ ਹੈ ਵੀ ਮੈਂ ਥੋੜੀ ਛਾਂ ਲੱਭਦਾ ਸਾਂ ਚੂਲੀ ਪਾਣੀ ਹੀ ਲੈਣਾ ਸੀ ਵੀ ਮੈਂ ਥੋੜਾ ਜਿਹਾ ਆਸਰਾ ਹੀ ਲੱਭਦਾ ਸੀ ਇਸ ਦੁਨੀਆ ਤੇ ਜਿਉਣ ਦਾ ਬਸ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤੀਆਂ ਚੀਜ਼ਾਂ ਕਵੀ ਕਹਿੰਦਾ ਉਹਨਾਂ ਨਾਲ ਨਹੀਂ ਮੇਰਾ ਕੋਈ ਮਤਲਬ ਹੈ ਵੀ ਮੈਂ ਤਾਂ ਉਨੀ ਕੁ ਚੀਜ਼ ਜਿਹੜੀ ਮੈਨੂੰ ਜ਼ਿੰਦਗੀ ਜੀਣ ਵਾਸਤੇ ਚਾਹੀਦੀ ਸੀ ਥੋੜੀ ਛਾ ਲੱਭਦਾ ਸਾਂ ਚੂੜੀ ਪਾਣੀ ਹੀ ਲੈਣਾ ਸੀ ਵੀ ਮੈਨੂੰ ਆਸਰਾ ਹੀ ਚਾਹੀਦਾ ਸੀ ਬਸ ਆਸਰਾ ਹੀ ਜੇ ਰੂਹ ਦੇ ਲੰਗਾਰ ਨਾਲ ਲੈਂਦੇ ਚੁੱਪ ਹੀ ਰਹਿੰਦੇ ਕੁਝ ਨਾ ਕਹਿੰਦੇ ਜੇ ਕੱਲਾ ਦਮਨ ਹੀ ਫਟਦਾ ਅੰਦਰ ਵੱੜ ਕੇ ਸੀ ਲੈਣਾ ਸੀ ਕਵੀ ਕਹਿੰਦਾ ਜੇ ਰੂਹ ਦੇ ਲੰਗਾਰ ਨਾਲ ਲੰਗਾਰ ਤੋਂ ਪਾਵ ਹੁੰਦਾ ਲੀਰੋ ਲੀਰ ਹੋ ਜਾਣ ਜਿਵੇਂ ਕੱਪੜਾ ਜਿਹੜਾ ਉਸ ਨੂੰ ਲੀਰੋ ਲੀਰ ਕਰਦੇ ਹੀ ਤਾਂ ਉਸ ਨੂੰ ਕਿਹਾ ਜਾਊਗਾ ਲੰਗਾਰ ਲੀਰੋ ਲੀਰ ਜੇ ਰੂਹ ਰੂਹ ਤੋਂ ਪਾਵ ਹੈ ਆਤਮਾ ਕਵੀ ਕਹਿੰਦਾ ਵੀ ਜੇ ਆਤਮਾ ਦੇ ਲੰਗਾਰ ਨਾ ਲੈਂਦੇ ਭਾਵ ਕੀ ਆਤਮਾ ਲੀਰੋ ਲੀਰ ਨਾ ਹੁੰਦੀ ਸ਼ਬਦੀ ਕਰਤਾ ਇਸ ਤਰ੍ਹਾਂ ਦੇ ਬਣਦੇ ਆ ਨਾ ਹਾਂ ਜੇ ਰੂਹ ਦੇ ਲੰਗਾਰ ਲਾ ਨਹੀਂ ਦੇ ਚੁੱਪ ਹੀ ਰਹਿੰਦੇ ਕੁਝ ਨਾ ਕਹਿੰਦੇ ਜੇ ਮੇਰੀ ਰੂਹ ਹੈ ਜਿਹੜੀ ਕੁਝ ਨਾ ਕਹਿੰਦੀ ਜੇ ਕੱਲਾ ਦਮਨ ਹੀ ਫਟਦਾ ਅੰਦਰ ਵੜ ਕੇ ਸੀ ਲੈਣਾ ਸੀ ਦਮਨ ਤੋਂ ਭਾਵ ਹੁੰਦਾ ਪੱਲਾ ਜੇ ਕੱਲਾ ਪੱਲਾ ਹੀ ਫਟਦਾ ਫਿਰ ਤਾਂ ਕਹਿੰਦਾ ਅੰਦਰ ਵੜ ਕੇ ਉਸ ਨੂੰ ਮੈਂ ਸੀ ਲੈਣਾ ਸੀ ਉਸ ਨੂੰ ਉਸ ਪੱਲੇ ਨੂੰ ਮੈਂ ਸਿਉ ਲੈਣਾ ਸੀਗਾ ਹੁਣ ਇਹਦਾ ਸਮਝੋ ਭਾਵ ਅਰਥ ਕੀ ਕਹਿੰਦਾ ਕਵੀ ਕਵੀ ਕਹਿੰਦਾ ਜੇ ਰੂਹ ਦੇ ਲੰਗਾਰ ਨਾ ਲੈਂਦੇ ਚੁੱਪ ਹੀ ਰਹਿੰਦੇ ਕੁਝ ਨਾ ਕਹਿੰਦੇ ਕਹਿੰਦਾ ਜੇ ਮੇਰੇ ਤੇ ਆਤਮਾ ਮੇਰੀ ਆਤਮਾ ਤੇ ਸੱਟ ਨਾ ਵੱਜਦੀ ਰੂਹ ਦੇ ਲੰਗਾਰ ਨਾ ਲੈਂਦੇ ਚੁੱਪ ਹੀ ਰਹਿੰਦੇ ਕੁਝ ਨਾ ਕਹਿੰਦੇ ਜੇ ਮੇਰੀ ਆਤਮਾ ਤੇ ਸੱਟ ਨਾ ਨਾ ਵੱਜਦੀ ਤਾਂ ਮੇਰੇ ਚਾੜਕ ਨਹੀਂ ਸੀ ਆਉਣੀ ਕਹਿੰਦਾ ਅੜਕ ਨਹੀਂ ਸੀ ਹੋਣੀ ਕਹਿੰਦਾ ਜੇ ਗੱਲ ਕਹਿੰਦਾ ਜੇ ਸਰੀਰ ਤੇ ਹੀ ਸੱਟ ਵੱਜਦੀ ਜੇ ਆਪਾਂ ਕਹਿ ਲਈਏ ਜੇ ਕੱਲਾ ਦਮ ਨਹੀਂ ਫਟਦਾ ਅੰਦਰ ਵੱੜ ਕੇ ਸੀ ਲੈਣਾ ਸੀ ਵੀ ਜੇ ਮੇਰੇ ਸਰੀਰ ਤੇ ਹੀ ਸੱਟ ਵੱਜਦੀ ਤਾਂ ਉਹਦਾ ਤਾਂ ਮੈਂ ਜਾਬਤਾ ਕਰ ਲੈਣਾ ਸੀਗਾ ਵੀ ਉਹਦੀ ਤਾਂ ਮੈਂ ਕੋਈ ਦਵਾਈ ਪਾਣੀ ਲੈ ਲੈਣਾ ਸੀਗਾ ਪਰ ਮੇਰੀ ਆਤਮਾ ਤੇ ਜਿਹੜੋ ਸੱਟ ਵੱਜੀ ਹੈ ਤਾਂ ਹੁਣ ਕਵੀ ਕਹਿੰਦਾ ਵੀ ਮੇਰੀ ਆਤਮਾ ਜਾਗ ਗਈ ਹੈ ਕਵੀ ਜਿਹੜੀ ਅਣਖ ਦੀ ਗੱਲ ਕਰ ਰਿਹਾ ਇੱਥੇ ਕਹਿੰਦਾ ਜੇ ਮੰਨ ਲਓ ਵੀ ਮੇਰੇ ਕੱਲੇ ਸਰੀਰ ਤੇ ਸੱਟ ਲੱਗੀ ਹੁੰਦੀ ਤਾਂ ਹੋ ਸਕਦਾ ਮੇਰੇ ਸਰੀਰ ਤੇ ਕੋਈ ਚੋਟ ਵੱਜੀ ਹੁੰਦੀ ਤਾਂ ਹੋ ਸਕਦਾ ਮੇਰੇ ਅੰਦਰ ਅਣਖ ਨਾ ਹੁੰਦੀ ਅਣਖ ਵਾਲਾ ਗੁਣ ਮੇਰੇ ਅੰਦਰ ਨਾ ਹੁੰਦਾ ਪਰ ਜਦੋਂ ਮੇਰੀ ਆਤਮਾ ਨੂੰ ਸੱਟ ਵੱਜ ਗਈ ਜੇ ਰੂਹ ਦੇ ਲੰਗਾਰ ਨਾ ਲੈਂਦੇ ਜੇ ਮੇਰੀ ਆਤਮਾ ਨੂੰ ਸੱਟ ਨਾ ਵੱਜਦੀ ਤਾਂ ਮੈਂ ਮੇਰੇ 'ਚ ਅਣਖ ਹੋਣੀ ਨਹੀਂ ਸੀਗੀ ਸੋ ਅਣਖ ਵਾਲੀ ਸੁਭਾ ਦੀ ਗੱਲ ਕੀਤੀ ਹੈ ਅਣਖੀਲੇ ਮਨੁੱਖ ਦੀ ਗੱਲ ਕੀਤੀ ਹੈ ਅਣਖ ਦੀ ਗੱਲ ਕਰ ਰਿਹਾ ਕਵੀ ਜੀ ਇਸ ਦੇ ਵਿੱਚ ਕਿ ਜੇਕਰ ਮੇਰੀ ਆਤਮਾ ਨੂੰ ਸੱਟ ਨਾ ਲੱਗਦੀ ਜੇ ਮੇਰੀ ਆਤਮਾ ਨਾ ਜਾਗਦੀ ਤਾਂ ਕਿਵੇਂ ਦੀ ਵੀ ਸਥਿਤੀ ਬਣ ਜਾਂਦੀ ਮੇਰੇ ਅੰਦਰ ਅਣਖ ਪੈਦਾ ਨਹੀਂ ਸੀ ਹੋਣੀ ਪਰ ਕਵੀ ਕਹਿੰਦਾ ਜਦੋਂ ਮੇਰੀ ਆਤਮਾ ਨੂੰ ਹੀ ਸੱਟ ਵੱਜ ਗਈ ਉਸ ਸਥਿਤੀ ਦੇ ਵਿੱਚ ਤਾਂ ਜਾਗਣਾ ਹੀ ਸੀ ਫਿਰ ਤਾਂ ਅਣਖ ਆਉਣੀ ਸੀ ਅੰਦਰ ਹਾਂਜੀ ਸੋ ਠੀਕ ਹੈ ਨਾ ਵਿਦਿਆਰਥੀਓ ਹੁਣ ਇਹਦਾ ਮੈਂ ਪੂਰਾ ਇੱਕ ਵਾਰ ਫੇਰ ਇਸ ਪੂਰੀ ਗਜ਼ਲ ਨੂੰ ਪੜ੍ਹ ਦਿੰਨਾ ਹੈ ਕੀ ਕਹਿੰਦਾ ਕਵੀ ਹੋਰਾ ਵਾਂਗੂ ਨੇਰਾ ਟੋਂਦੇ ਰਾਤ ਬਰਾਤੇ ਜੀ ਲੈਣਾ ਸੀ ਦਿਲ ਨੂੰ ਜੇਕਰ ਅੱਗ ਨਾ ਲੱਗਦੀ ਮੈਂ ਚਾਨਣ ਤੋਂ ਕੀ ਲੈਣਾ ਸੀ ਅੰਨੀ ਭੀੜ 'ਚ ਅੱਖਾਂ ਵਾਲੇ ਤੁਰਦੇ ਵੀ ਤਾਂ ਕਿੱਥੇ ਤੁਰਦੇ ਖੜ ਕੇ ਸਭ ਨੂੰ ਰਾਹ ਦੇਣਾ ਸੀ ਬਚ ਕੇ ਰਸਤਾ ਵੀ ਲੈਣਾ ਸੀ ਕਰਦੇ ਘੜਿਆ ਅੰਦਰ ਪੈ ਕੇ ਸਿਆਣਾ ਪਾਣੀ ਸੋਚੇ ਅਕਸਰ ਮੈਨੂੰ ਨਦੀਆਂ ਵਗਦੇ ਨੂੰ ਵੀ ਰੇਤਾ ਨੇ ਹੀ ਪੀ ਲੈਣਾ ਸੀ ਮੇਰੀ ਖਾਤਰ ਰੇਤ ਰੁਪਈਏ ਪੱਥਰ ਚੀਜਾਂ ਢੇਰ ਬੜੇ ਸਨ ਪਰ ਮੈਂ ਥੋੜੀ ਛਾ ਲਬਦਸਾਂ ਚੂਲੀ ਪਾਣੀ ਹੀ ਲੈਣਾ ਸੀ ਜੇ ਰੂਹ ਦੇ ਲੰਗਾਰ ਨਾ ਲੈਂਦੇ ਚੁੱਪ ਹੀ ਰਹਿੰਦੇ ਕੁਝ ਨਾ ਕਹਿੰਦੇ ਜੇ ਕੱਲਾ ਦਮ ਨਹੀਂ ਫਟਦਾ ਅੰਦਰ ਵੱੜ ਕੇ ਸੀ ਲੈਣਾ ਸੀ ਸੋ ਪਿਆਰੇ ਵਿਦਿਆਰਥੀਓ ਗੁਰਤੇਜ ਕੋਹਾਰ ਵਾਲਾ ਜੀ ਦੀ ਇਹ ਪ੍ਰਸਿੱਧ ਗਜ਼ਲ ਇਹਦਾ ਪਾਠ ਸਮਾਪਤ ਹੋ ਚੁੱਕਿਆ ਜੀ ਇਹਨਾਂ ਦੀ ਅਗਲੀ ਰਚਨਾ ਲੈ ਕੇ ਜਲਦੀ ਮਿਲਦਾ ਜੀ ਸਤਿ ਸ਼੍ਰੀ ਅਕਾਲ